ਬਿੱਲ ਵਾਪਸ ਲੈਣਾ ਚਾਹੁੰਦੇ ਨੇ ਪਰ ਨੱਸਣਾ ਵੀ ਚਾਹੁੰਦੇ ਨੇ। ਮੈਂ ਕੇਂਦਰ ਸਰਕਾਰ ਦੀ ਗੱਲ ਕਰ ਰਿਹਾ, ਬਿੱਲ ਵਾਪਸ ਵੀ ਲੈਣਾ ਚਾਹੁੰਦੇ ਨੇ ਅਤੇ ਨੱਸਣਾ ਵੀ ਚਾਹੁੰਦੇ ਨੇ। ਮੇਰੇ ਨਾਲ ਛੋਟੇ ਛੋਟੇ ਯੋਧੇ ਨੇ, ਛੋਟੇ ਛੋਟੇ ਯੋਧੇ ਨੇ ਜੋ ਕਾਮਯਾਬੀ ਦੀ ਪਰਿਭਾਸ਼ਾ ਦੱਸਣਾ ਚਾਹੁੰਦੇ ਨੇ। ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ, ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਿਨੇਸ਼ਵਰੀ। ਵੀਰ ਜਿਹੜੀ ਤੁਸੀਂ ਜੋ ਵੀ ਬੋਲਣਾ ਚਾਹੁੰਦੇ ਹੋ ਜ਼ਰੂਰ ਸਾਡੀ ਆਉਂਦੇ ਦੇ ਸਨਮੁੱਖ ਕਰੋ। ਕੀ ਬੋਲਣਾ ਚਾਹੁੰਦੇ ਹੋ? ਮਾਈਕ ਤੁਹਾਡੇ ਕੋਲ ਹੈ। ਝੰਡੇ ਝੂਲਦੇ ਨੇ ਕੁੱਲ ਜਹਾਨ ਅੰਦਰ, ਮਾਝੇ ਮਾਲਵੇ ਅਤੇ ਦੁਆਬੀਆਂ ਦੇ ਸੋਹਣੇ ਪੱਗ, ਸੋਹਣੇ ਪੰਜਾਬ ਦੀ ਸੋਹਣੀ ਦਸਤਾਰ ਅਤੇ ਸਿਹਰੇ ਬੱਝੇ ਨੇ ਸਦਾ ਕਾਮਯਾਬੀਆਂ ਦੇ। ਅਣਖ ਮਣਕ ਨਾ ਜਿਉਣ ਦਾ ਸ਼ੌਂਕ ਸਾਨੂੰ, ਰੋਬ ਝੱਲੇ ਨਹੀਂ ਕਦੇ ਨਵਾਬੀਆਂ ਦੇ, ਸੁੱਕਾ ਗਿਆ ਨਾ ਮੁਸਾਫਰਾ ਮਾਂ ਦਾ ਪੁੱਤ ਜਿਹਨੂੰ ਲੱਗ ਗਏ ਹੱਥ ਪੰਜਾਬੀਆਂ ਦੇ। ਬਹੁਤ ਅੱਛੇ ਕਹਿੰਦੇ ਹੋ, ਸੁੱਕਾ ਕਦੀ ਜਾਂਦੇ ਜਿਹਨੂੰ ਹੱਥ ਲੱਗਦੇ ਨੇ ਪੰਜਾਬੀਆਂ ਦੇ। ਅੱਛਾ ਤੁਸੀਂ ਕੀ ਕਹਿਣਾ? ਸਾਡੇ ਨਾਲ ਦਿੱਲੀ ਸਰਕਾਰੇ ਰੱਖ, ਸਾਡੇ ਨਾਲ ਦਿੱਲੀ ਸਰਕਾਰੇ ਰੱਖਦੀ ਹੈ ਦਿਲ ਵਿੱਚ ਬੈਰ ਤੂੰ, ਕਿਰਤੀ ਕਿਸਾਨ ਮਜ਼ਬੂਰ ਅਦਾਲਤਾਂ ਦੇ ਢਾਈ ਜਾਵੇਂ ਕਹਿਰ ਤੂੰ, ਸਾਡਿਆਂ ਹੱਕਾਂ ਦੇ ਉੱਤੇ ਡਾਕਾ ਮਾਰ ਕੇ ਤੂੰ ਕਰੇ ਹੇਰਾ ਫੇਰੀਆਂ, ਦਿੱਲੀ ਵਿੱਚੋਂ ਰੱਖ ਦਾਂਗੇ ਜੜਾਂ ਪੁੱਟ ਕੇ ਸਰਕਾਰੇ ਤੇਰੀਆਂ। ਓਹੋ ਬਹੁਤ ਅੱਛੇ ਕਹਿੰਦੇ, ਦਿੱਲੀ ਵਿੱਚੋਂ ਰੱਖ ਦਿਆਂਗੇ ਜੜਾਂ ਪੁੱਟ ਕੇ ਸਰਕਾਰੇ ਤੇਰੀਆਂ। ਆਪਾਂ ਹੁਣ ਜਾਂਦੇ ਜਾਂਦੇ ਤੁਹਾਨੂੰ ਇੱਕ ਨਜ਼ਾਰਾ ਦਿਖਾਉਣਾ, ਇੱਕ ਮੰਜ਼ਰ ਦਿਖਾਉਣਾ ਕਿ ਜਿਹੜੇ ਕਹਿੰਦੇ ਨੇ ਕਿ ਹੁਣ ਜਿਵੇਂ ਪੰਜਾਬੀ ਦਿੱਲੀ ਚਲੇ ਗਏ ਨੇ ਅਤੇ ਇੱਥੇ ਕੋਈ ਵੀ ਮੌਜੂਦ ਨਹੀਂ ਹੈ ਅਤੇ ਉਹ ਦੇਖ ਲੈਣ, ਉਹਨਾਂ ਨੂੰ ਪਤਾ ਲੱਗ ਜਾਵੇ ਕਿ ਉਹਨਾਂ ਦੀਆਂ ਗੱਲਾਂ ਕਿੰਨੀਆਂ ਕੁ ਸੱਚੀਆਂ ਨੇ ਅਤੇ ਕਿੰਨੀਆਂ ਕੁ ਝੂਠੀਆਂ ਨੇ। ਤੁਸੀਂ ਆਹ ਮੰਜ਼ਰ ਦੇਖੋ, ਤੁਹਾਨੂੰ ਪਤਾ ਲੱਗ ਜਾਏਗਾ ਕਿ ਇਹ ਮੰਜ਼ਰ ਦੇਖੋ ਪਤਾ ਲੱਗ ਜਾਏਗਾ ਕਿ ਪੰਜਾਬੀ ਹਮੇਸ਼ਾ ਹੀ ਕਦੀ ਪਿੱਛੇ ਨਹੀਂ ਹਟਦੇ ਔਰ ਅੱਗੇ ਵੱਲ ਨੂੰ ਹੀ ਵੱਧਦੇ ਜਾਂਦੇ ਨੇ। ਇਨਕਲਾਬ ਜ਼ਿੰਦਾਬਾਦ ਕਹਿ ਕੇ ਅੱਗੇ ਵੱਲ ਨੂੰ ਹੀ ਵੱਧਦੇ ਜਾਂਦੇ ਨੇ। ਔਰ ਮੈਂ ਚਾਹੁੰਦਾ ਕੈਮਰਾਮੈਨ ਜੀ ਤੁਸੀਂ ਇੱਧਰ ਜ਼ਰੂਰ ਦਿਖਾਓ, ਆਪਾਂ ਉਸ ਪਾਸੇ ਬਾਅਦ 'ਚ ਜਾਂਦੇ ਹਾਂ, ਉਸ ਪਾਸੇ ਬਾਅਦ ਜਾਂਦੇ। ਤੁਸੀਂ ਇੱਧਰ ਦਿਖਾਓ, ਲੰਗਰ ਲੱਗਿਆ ਹੋਇਆ, ਦਿੱਲੀ 'ਚ ਵੀ ਲੰਗਰ ਲੱਗਿਆ, ਲੰਗੜੋਏ ਵਿੱਚ ਵੀ ਲੱਗਿਆ, ਥਾਂ ਥਾਂ 'ਤੇ ਲੱਗਿਆ, ਜਿ ਦਿੱਲੀ ਜਾਂਦੇ ਹਰ ਰਸਤੇ ਵਿੱਚ ਲੰਗਰ ਲੱਗਿਆ, ਇੱਧਰ ਚਾਹ ਦਾ ਲੰਗਰ ਵੀ ਬਣ ਰਿਹਾ। ਔਰ ਇਸ ਵੀਡੀਓ ਨੂੰ ਅਸੀਂ ਇੱਥੇ ਹੀ ਰੈਪ ਅਪ ਕਰਦੇ ਹਾਂ ਔਰ ਅਗਲੀ ਵੀਡੀਓ ਵਿੱਚ ਤੁਹਾਨੂੰ ਪੂਰੀ ਲੰਗਰ ਦੀ ਜਿਹੜੀ ਵੀਡੀਓ ਦਿਖਾਉਣ ਦੀ ਕੋਸ਼ਿਸ਼ ਕਰਾਂਗੇ। ਆਪਣੇ ਛੋਟੇ ਵੀਰ ਦਿਨੇਸ਼ਵਰੀ, ਕੈਮਰਾ ਪਰਸਨ ਵਿਜੇ ਕੁਮਾਰ ਅਤੇ ਦੀਪ ਡੀ ਆਜ ਦਿਓ ਇਜਾਜ਼ਤ। ਆਪਾਂ ਸਾਰਿਆਂ ਨਾਲ ਗੱਲਬਾਤ ਕਰਨੀ ਹੈ, ਇੱਕ ਇੱਕ ਕਰਕੇ ਵੀਡੀਓ 'ਚ ਪੋਸਟ ਕਰਦੇ ਰਹਾਂਗੇ। ਸਤਿ ਸ਼੍ਰੀ ਅਕਾਲ।